Please subscribe our channel for latest updates. ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕਾਂ ਖਿਲਾਫ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਪੁਲਿਸ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਖਿਲਾਫ ਪਹਿਲਾ ਮਾਮਲਾ ਦਰਜ ਕਰ ਲਿਆ ਦਰਅਸਲ ਸੰਗਰੂਰ ਤੋਂ ਰੋਕੀ ਪੱਟੀ ਨਾਂ ਦੇ ਇੱਕ ਗਾਇਕ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਜਿਸ 'ਚ ਹਥਿਆਰਾਂ ਦੀ ਨੁਮਾਇਸ਼ ਕੀਤੀ ਗਈ ਹੈ ਗਾਇਕ ਰੋਕੀ ਵੱਲੋਂ ਆਪਣੇ ਗੀਤ ਵਾਰਦਾਤ ਦੀ ਪ੍ਰਮੋਸ਼ਨ ਕਰਨ ਲਈ ਪੋਸਟਰ ਤਿਆਰ ਕੀਤਾ ਗਿਆ ਜਿਸ 'ਚ ਉਹ ਹਥਿਆਰਾਂ ਦੇ ਨਾਲ ਨਜ਼ਰ ਆ ਰਿਹਾ ਜਿਸ 'ਤੇ ਐਕਸ਼ਨ ਲੈਂਦੇ ਸੰਗਰੂਰ ਪੁਲਿਸ ਵੱਲੋਂ ਰੋਕੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਥੇ ਲੱਚਰ ਗਾਇਕੀ ਖਿਲਾਫ ਪੁਲਿਸ ਦੇ ਚੁੱਕੇ ਇਸ ਕਦਮ ਦੀ ਆਮ ਜਨਤਾ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ DGP ਵੱਲੋਂ ਸੂਬੇ ਦੇ ਵਿਗੜ ਰਹੇ ਮਾਹੌਲ ਨੂੰ ਸਹੀ ਕਰਨ ਅਤੇ ਲੱਚਰ ਗਾਇਕੀ 'ਤੇ ਨੱਥ ਪਾਉਣ ਲਈ ਹਰ ਜ਼ਿਲ੍ਹੇ ਦੇ SSP ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੇ ਜ਼ਿਲ੍ਹੇ ਦੇ ਗਾਇਕਾਂ ਨੂੰ ਮਿਲਣ ਅਤੇ ਉਹਨਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਨੂੰ ਗੀਤਾਂ ਰਾਹੀਂ ਪ੍ਰਮੋਟ ਨਾ ਕਰਨ ਲਈ ਪ੍ਰੇਰਿਤ ਕਰਨ ਜਿਸ ਦੇ ਸੰਬੰਧੀ ਪੁਲਿਸ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਦੇਖੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਿੱਚ ਜਿਹੜੇ ਗਾਇਕੀ ਵੱਲੋਂ ਨਿਚਲੇ ਪੱਧਰ 'ਤੇ ਜਾਇਆ ਜਾ ਰਿਹਾ ਨੀਚੇ ਜਾ ਰਹੀ ਹੈ ਗਾਇਕੀ ਦਾ ਸਟੈਂਡਰਡ ਨਹੀਂ ਰਿਹਾ ਕੋਈ ਹਰ ਇੱਕ ਬੰਦਾ ਗਾਉਣ ਲੱਗ ਜਾਂਦਾ ਗਾ ਪਰ ਲੇਕਿਨ ਦੇਖਿਆ ਗਿਆ ਉਹ ਕੀ ਕਰ ਰਿਹਾ ਕਿਤੇ ਸ਼ਰਾਬ ਨੂੰ ਐਡ ਕਰ ਰਿਹਾ ਕਿਤੇ ਨਜਾਇਜ਼ ਹਥਿਆਰਾਂ ਨੂੰ ਐਡ ਕਰ ਰਿਹਾ ਜਿਸ ਨਾਲ ਜਿਹੜਾ ਸਾਡਾ ਨੌਜਵਾਨ ਆ ਉਹ ਕੁਰਾਹੇ ਪੈ ਜਾਂਦਾ ਗਾ ਜਦਕਿ ਚਾਹੀਦਾ ਇਹ ਵੀ ਚੰਗਾ ਸੱਭਿਆਚਾਰ ਪੇਸ਼ ਕੀਤਾ ਜਾਵੇ ਔਰ ਉਸ ਸੱਭਿਆਚਾਰ ਨੂੰ ਸਾਂਭਣ ਦੇ ਲਈ ਸਾਡੇ ਲਈ ਪੰਜਾਬ ਵਿੱਚ ਸੈਂਸਰ ਬੋਰਡ ਬਣਨਾ ਚਾਹੀਦਾ ਔਰ ਸੈਂਸਰ ਬੋਰਡ ਤੋਂ ਪਾਸ ਹੋ ਕੇ ਅੱਗੇ ਜਾਣਾ ਚਾਹੀਦਾ ਇਹੀ ਕਾਰਨ ਆ ਕਿ ਪੰਜਾਬ ਵਿੱਚ ਵਿਆਹਾਂ ਸ਼ਾਦੀਆਂ ਦੇ ਮੌਕੇ ਦੇ ਉੱਤੇ ਜਿਹੜੇ ਆਮ ਬੱਚੇ ਨੇ ਜਾਂ ਜਿਹਨੂੰ ਆਪਾਂ ਕਹਾਂਗੇ ਲੜਨ ਉਰੇ ਦੇ ਮੁੰਡੇ ਕੁੜੀਆਂ ਨੇ ਹਥਿਆਰ ਲੈ ਕੇ ਜਾਂਦੇ ਨੇ ਔਰ ਉੱਥੇ ਜਾ ਗੋਲੀਆਂ ਚਲਾਉਂਦੇ ਨੇਗੇ ਜਦਕਿ ਮੈਂ ਸਮਝਦਾ ਹਰ ਇੱਕ ਜਿਹੜਾ ਪੈਲਸ ਆ ਉਹਦੇ ਵਿੱਚ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਆ ਕੋਈ ਵਿਅਕਤੀ ਹਥਿਆਰ ਲੈ ਕੇ ਐਂਟਰ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹਨੂੰ ਸੰਭਾਲਣ ਦੇ ਲਈ ਪੰਜਾਬ ਸਰਕਾਰ ਨੂੰ ਉੱਚੇ ਕਦਮ ਚੁੱਕਣੇ ਚਾਹੀਦੇ ਪਹਿਲੀ ਗੱਲ ਜੋ ਮੈਂ ਕਹਿਣਾ ਚਾਹੁੰਦਾ ਕਿ ਜੋ ਪੁਲਿਸ ਨੇ ਇਹ ਸ਼ੁਰੂਆਤ ਕੀਤੀ ਹੈ ਲੱਚਰ ਗਾਇਕੀ ਅਤੇ ਹਥਿਆਰ ਚੱਕ ਕੇ ਦਾਰੂ ਦੀਆਂ ਬੋਤਲਾਂ ਚੱਕ ਕੇ ਜੋ ਗਾਇਕੀ ਕਰਦੇ ਨੇ ਉਹਨਾਂ ਨੂੰ ਸਮਝਾਉਣ ਦੀ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਜੋ ਤਹੀਆ ਪੁਲਿਸ ਨੇ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਸਾਡੇ ਨੌਜਵਾਨਾਂ ਦੇ ਸਾਡੀਆਂ ਧੀਆਂ ਦੇ ਅਤੇ ਨਾਲ ਹੀ ਸੰਤਾਪ ਭੋਗ ਰਹੇ ਬਜ਼ੁਰਗਾਂ ਦੇ ਕਿਉਂਕਿ ਜੋ ਪੰਜਾਬ ਦੇ ਹਾਲਾਤ ਨੇ ਉਹ ਕਿੱਧਰ ਨੂੰ ਜਾ ਰਹੇ ਨੇ ਸਾਡਾ ਸਾਰਾ ਨੌਜਵਾਨ ਵਰਗ ਹੈ ਗੈਂਗਸਟਰ ਬਣਦਾ ਜਾ ਰਿਹਾ ਹਥਿਆਰਾਂ ਦੇ ਨਾਲ ਅਲੱਗ ਅਲੱਗ ਥਾਵਾਂ 'ਤੇ ਵਾਰਦਾਤਾਂ ਹੋ ਰਹੀਆਂ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਪਰ ਇਹ ਸਾਡੇ ਪੰਜਾਬ ਦਾ ਕੋਈ ਵਿਰਸਾ ਨਹੀਂ ਹੈ ਜੇ ਸਾਡੇ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਜੇ ਉਸੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਤਾਂ ਪ੍ਰਸ਼ਾਸਨ ਨੂੰ ਅਤੇ ਸਾਡੇ ਸਿਆਸੀ ਵੀਰਾਂ ਨੂੰ ਆਪਦਾ ਬਣਦਾ ਰੋਲ ਇਮਾਨਦਾਰੀ ਨਾਲ ਅਦਾ ਕਰਨਾ ਪਊ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਚਮਕਾਇਆ ਜਾ ਸਕੇ ਦਿਨਾਂ ਤੋਂ ਵੀ ਕੁਝ ਸਮੇਂ ਦੌਰਾਨ ਇੱਕ ਮੁਹਿੰਮ ਚਲਾਈ ਗਈ ਆ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਧਾਨ ਅਤੇ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਜਿਹੜੇ ਆਪਣੇ ਗਾਇਕ ਨੇ ਜਿਹੜੀ ਗਾਇਕੀ ਆ ਗਾਇਕੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਕੁਝ ਸਿੰਗਰਸ ਨੇ ਜਿਹੜੇ ਆਪਣੇ ਕਲਚਰ ਦਾ ਇੱਕ ਤਰ੍ਹਾਂ ਦਾ ਮਜ਼ਾਕ ਜਿਹਾ ਉਡਾਇਆ ਜਾ ਰਿਹਾ ਉਹਦੇ ਵਿੱਚ ਉਹ ਗਾਇਕੀ ਦੇ ਵਿੱਚ ਨੰਗੇਜ਼ ਨਸ਼ਿਆਂ ਨੂੰ ਲੈ ਕੇ ਜਾਂ ਹਥਿਆਰਾਂ ਨੂੰ ਸ਼ੋਅ ਕੀਤਾ ਜਾਂਦਾ ਜਿਹਨੂੰ ਲੈ ਕੇ ਜਿਹੜੇ ਯੰਗ ਬੰਦੇ ਨੇ ਲੋਕ ਨੇ ਕੁੜੀਆਂ ਅਤੇ ਮੁੰਡੇ ਜਿਹੜੇ ਯੰਗ ਨੇ ਪੜ੍ਹਨ ਲਿਖਣ ਵਾਲੇ ਨੇ ਜਾਂ ਆਮ ਬੱਚੇ ਨੇ ਉਹਨਾਂ ਦੇ ਮਨ 'ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਅਤੇ ਉਹ ਹਿੰਸਾ ਵੱਲ ਨੂੰ ਜਾਂ ਕੁਝ ਗੈਰ ਕਾਨੂੰਨੀ ਕਾਰਵਾਈਆਂ ਵੱਲ ਨੂੰ ਪ੍ਰੇਰਿਤ ਹੋ ਜਾਂਦੇ ਨੇ ਇਹਨੂੰ ਲੈ ਕੇ ਮੀਟਿੰਗਸ ਵੀ ਕੀਤੀਆਂ ਗਈਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਗਾਇਕੀ ਦੇ ਵਿੱਚ ਇਹ ਚੀਜ਼ਾਂ ਨਾ ਆਉਣ ਜਿਹਦੇ ਕਾਰਨ ਲੋਕਾਂ ਦੇ ਬੱਚਿਆਂ ਦੇ ਮਨ 'ਤੇ ਬੁਰਾ ਪ੍ਰਭਾਵ ਪਵੇ ਅਤੇ ਅੱਜ ਲੋਕਲ ਪੁਲਿਸ ਵੱਲੋਂ ਇਤਲਾਹ ਮਿਲਣ 'ਤੇ ਰਣਵੀਰ ਕਾਲਜ ਦੇ ਸਾਹਮਣੇ ਜਿਹੜਾ ਸਰਕਾਰੀ ਇੱਕ ਖੰਭਾ ਸੀਗਾ ਲੱਗਿਆ ਉਹਦੇ ਉੱਤੇ ਪੋਸਟਰ ਲਾਇਆ ਗਿਆ ਸੀ ਕੋਈ ਰੋਕੀ ਗਾਇਕ ਹੈ ਰੋਕੀ ਪੱਟੀ ਉਹਦੇ ਉੱਤੇ ਲਿਖਿਆ ਸੀ ਰੋਕੀ ਪੱਟੀ ਅਤੇ ਉਹਦੀ ਫੋਟੋ ਸੀ ਨਾਲ ਇੱਕ ਜੀਪ ਦੇ ਉੱਤੇ ਜਿਵੇਂ ਸ਼ੋਅ ਕੀਤਾ ਹੋਇਆ ਸੀ ਅਤੇ ਉਹਦੇ ਉੱਤੇ ਇੱਕ ਬੰਦਾ ਹਥਿਆਰ ਲੈ ਕੇ ਖੜਿਆ ਅਤੇ ਉੱਤੇ ਲਿਖਿਆ ਸੀ ਵਾਰਦਾਤ ਜਿਹਤੋਂ ਇਹ ਲੱਗਦਾ ਸੀ ਵੀ ਇਹ ਜਿਹੜਾ ਹਿੰਸਕ ਪ੍ਰਵਿਰਤੀ ਨੂੰ ਪ੍ਰੇਰਿਤ ਕਰਨ ਵਾਲੀ ਗੱਲ ਹੈ ਅਤੇ ਅਸੀਂ ਇੱਕ ਕੇਸ ਰਜਿਸਟਰਡ ਕੀਤਾ ਕ੍ਰਿਮੀਨਲ ਕੇਸ ਸੈਕਸ਼ਨ 3 ਦੇ ਅੰਡਰ ਪੰਜਾਬ ਪ੍ਰੀਵੈਂਸ਼ਨ ਆਫ ਡਿਫੇਸਮੈਂਟ ਆਫ ਪ੍ਰੋਪਰਟੀ ਐਕਟ ਦੇ ਵਿੱਚ ਅਤੇ ਇਹ ਅਸੀਂ ਸੁਨੇਹਾ ਹੀ ਦੇਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਗਾਇਕ ਨੇ ਜਾਂ ਲੇਖਕ ਨੇ ਜਾਂ ਜਿਹੜੇ ਇਹੋ ਜਿਹੇ ਪੋਸਟਰ ਲਾਉਂਦੇ ਨੇ ਉਹ ਸਾਫ਼ ਸੁਥਰੀ ਜਿਹੜੀ ਸਮਾਜਿਕ ਸੇਧ ਦੇਣ ਲੋਕਾਂ ਨੂੰ
ਅਤੇ ਅਜਿਹਾ ਕੁਛ ਨਾ ਕਰਨ ਜਿਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਜਿਹੜੇ ਬੱਚੇ ਨੇ ਸਮਾਜਿਕ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਨਾ ਬਲੁੰਦਰਿਆ ਜਾਵੇ। ਦਿੜਬਾ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।